ਆਪਣੇ ਨਾਲ ਬਾਬਾ ਜੀ ਮਸ਼ਹੂਰ ਹੋਏ ਪਿੱਛੇ ਜਿਹੜੇ ਨਿੱਕੂ ਬਾਬਾ ਜੀ ਮਸ਼ਹੂਰ ਹੋਏ ਨੇ ਉਹ ਕਹਿੰਦਾ ਰਿੰਦੂ ਰਾਸ਼ਟਰ ਬਣਾ ਬਣਾਵਾਂਗੇ ਤੁਸੀਂ ਸਾਡੇ ਸਾਥ ਦਿਓ ਅਸੀਂ ਤਾਂ ਉਹਦਾ ਵੈਸੇ ਹਰੇਕ ਸਟੇਜ ਤੇ ਇਹ ਗੱਲ ਕਰੀਦੀ ਆ ਵੀ ਜਿਹੜਾ ਬਗੇਸ਼ਵਰ ਧਾਵਨ ਦੇ ਵਿੱਚ ਨਿੱਕੂ ਬਾਬਾ ਬੈਠਾ ਆ ਬਾਲਾ ਫੇਮਸ ਹੋ ਗਿਆ ਤੇ ਉਹ ਜੋਰ-ਜੋਰ ਦੀ ਕਹਿੰਦਾ ਐ ਕਿ ਛਤਰੀ ਵਰਗੀ ਉਹਨੇ ਟੋਪੀ ਲਈ ਹੁੰਦੀ ਅੱਧਾ ਕਿਲੋ ਨੇ ਮੇਕਅਪ ਲਾਇਆ ਜਦੋਂ ਜਦੋਂ ਉਹਦੀਆਂ ਬੀਬੀਆਂ ਆ ਕੇ ਕਹਿੰਦੀਆਂ ਵੀ ਬਾਬਾ ਜੀ ਤੁਸੀਂ ਸੋਹਣੇ ਬੋਲ ਲੱਗਦੇ ਹੋ ਉਹ ਵੀ ਪੂਰੇ ਹਨ ਕਿਆ ਕਹਿ ਰਹੇ ਹੋ ਬਾਬਾ ਜੀ ਰਤੀ ਨੀਂਦ ਨਹੀਂ ਆਈ ਐ ਮਸ਼ਕਰੀਆਂ ਕਰਦੇ ਆ ਦੇਖਦੇ ਆ ਕਿ ਵੀ ਇਹਨਾਂ ਲੋਕਾਂ ਨੂੰ ਅਸੀਂ ਮੂਰਖ ਬਣਾਉਂਦੇ ਤੇ ਬਣੀ ਜਾਂਦੇ ਆ ਜਦੋਂ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਉੱਤੇ ਦੇਖੋ ਪਰਚਾ ਕੋਈ ਨਹੀਂ ਕੱਟਿਆ ਕਿਸਨੇ ਪਰਚਾ ਤੇ ਜੇ ਅਸੀਂ ਖਾਲਸਾ ਰਾਜ ਦੀ ਗੱਲ ਕਰੀਏ ਤੇ ਜੇ ਅਸੀਂ ਕਿਤਾਬਾਂ ਹੀ ਰੱਖ ਲਈਏ ਅਸੀਂ ਨਾਰਾ ਹੀ ਲਾ ਦਈਏ ਸਾਡੇ ਤਾਂ ਪਰਚੇ ਕੱਟ ਦਿੰਦੇ ਆ ਤੇ ਵੀ ਇਹਨਾਂ ਨੂੰ ਫਿਰ ਇੰਡਾਇਰੈਕਟਲੀ ਵੇ ਦੇ ਨਾਲ ਸ਼ੋਅ ਹੁੰਦਾ ਹੀ ਆ ਵੀ ਇਹਨਾਂ ਨੂੰ ਕਿਹਦੀ ਸਪੋਰਟ ਆ ਸਰਕਾਰ ਦੀ ਹੋਊਗੀ ਤੇ ਤਾਈਆਂ ਬੋਲਦੇ ਆ ਇਹ ਤੇ ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਫਿਰ ਉਸ ਵੇਲੇ ਬਣਾ ਲੈਂਦੇ 80% ਕੁਰਬਾਨੀਆਂ ਸੀ ਕਿ ਉਹ ਦੇਣੀਆਂ ਸੀਗੀਆਂ ਬਣਾ ਲੈਂਦੇ ਕਰ ਲੈਂਦੇ ਲੈ ਲੈਂਦੇ ਗੋਰਿਆਂ ਨਾਲ ਟੱਕਰ ਹੀ ਲੋਡ ਪਈ ਸੀ ਭਾਸ਼ਾ ਨੂੰ ਮਹਾਰਾਜ ਨੂੰ ਜੇ ਇਸ ਵੇਲੇ ਦੀਆਂ ਇਹ ਗੱਲਾਂ ਕਰਦੇ ਆ 7-800 ਸਾਲ ਇਹ ਰਹੇ ਆ ਮੁਗਲਾਂ ਦੇ ਗੁਲਾਮ ਪਰ ਸਾਡਾ ਕਈ ਹਿੰਦੂ ਆ ਜਿਹੜੇ ਭੜਕਾਉ ਪ੍ਰਚਾਰ ਕਰਦੇ ਆ ਪਰ ਜਿਨ੍ਹਾਂ ਹਿੰਦੂਆਂ ਦਾ ਧਰਮ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਬਲੀਦਾਨ ਦੇ ਕੇ ਬਚਾਇਆ ਹੋਵੇ ਤੇ ਫਿਰ ਉਹ ਤਾਂ ਸਾਡੇ ਭਾਈ ਹੋਏ ਹਨ ਦੇਸ਼ ਬਦੇਤੀਆਂ ਗੁਰਬਾਣੀ ਖੰਡਵਾਣੀ ਦੇਖ ਰਹੀਆਂ ਮੈਂ ਰਵਿੰਦਰ ਸਿੰਘ ਫਤਿਹ ਬਲਾਉਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਫਤਿਹ ਇਸ ਵਕਤ ਗੋਮੀ ਸਮੋਰਚ ਵਿੱਚ ਖੜੇ ਆ ਤੇ ਇੱਥੇ ਬੀਤ ਕੌਰ ਖਾਲਸਾ ਜੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅਖੰਡ ਬਾਣੀ ਚੈਨਲ ਰਹੀ ਜਿੰਨੀਆਂ ਵੀ ਸੰਗਤਾਂ ਇਹ ਗੱਲ ਸੁਣ ਰਹੀਆਂ ਨੇ ਸਾਰਿਆਂ ਨੂੰ ਦਾਸ ਬੀਬੀ ਬੀਤ ਕੌਰ ਖਾਲਸਾ ਐ ਮੈਂ ਜਲੰਧਰ ਵਾਲੇ ਦੇ ਸਮੋਚੇ ਜਥੇ ਵਾਲੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੋ ਜੀ ਤੁਸੀਂ ਇੱਥੇ ਪਹੁੰਚੇ ਹੋ ਅੱਜ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕੌਮੀ ਸੌ ਮੋਰਚ ਚ ਪਹੁੰਚਾ ਕੇ ਕੀ ਲੱਗਦਾ ਹੈ ਬੰਦੀ ਸਿੰਘਾਂ ਰਿਆਈ ਹੋਏਗੀ ਦੇਖੋ ਜੀ ਖਾਲਸਾ ਪਹਿਲਾਂ ਤਾਂ ਕਦੇ ਕਿਸੇ ਦੇ ਚੜਾਈ ਕਰਕੇ ਜਾਂਦਾ ਨਹੀਂ ਤੇ ਜਿੱਥੇ ਖਾਲਸਾ ਫਿਰ ਖੜਜ ਗਿਆ ਉਤੋਂ ਕਦੇ ਮੁੜਦਾ ਨਹੀਂ ਕਿਤੇ ਵੀ ਚਾਹੇ ਕਿਸੇ ਦੇਸ਼ ਦਾ ਬਾਰਡਰ ਹੋਵੇ ਚਾਹੇ ਫਿਰ ਤੁਸੀਂ ਜੰਗਲਾਂ ਲੋ 10 ਲੱਖ ਦੀ ਫੌਜ ਹੋਵੇ ਤੇ ਚਾਲੀ ਹੁਣ ਸਿੰਘ ਚਾਹੇ ਸਾਡੇ ਅਕਾਲ ਤਖਤ ਸਾਹਿਬ ਦੇ ਪੂਰੇ ਦੇਸ਼ ਦੀ ਫੋਰਸ ਚੜ੍ਹ ਕੇ ਆ ਗਈ ਸੀ ਜੇ ਖਾਲਸਾ ਖੜਿਆ ਹੈ ਤੇ ਖੜਿਆ ਹੀ ਆ ਜਿਸ ਤਰ੍ਹਾਂ ਦੇ ਇਥੋਂ ਦੇ ਹਾਲਾਤ ਨੇ ਕੀ ਲੱਗਦਾ ਤੁਹਾਨੂੰ ਰਿਆ ਹੋਣਗੇ ਬੰਦੇ ਸੀ ਦੇਖੋ ਜੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਕ ਮਿੰਟ ਨਹੀਂ ਲੱਗਾ ਜਿਨ੍ਹਾਂ ਲੋਕਾਂ ਨੂੰ ਆਪਣੇ ਪੈਸੇ ਤੇ ਆਪਣੀ ਜ਼ਮੀਨ, ਦੌਲਤ ਤੇ ਤੁਰਕੀ ਸੀਰੀਆ ਦੇ ਵਿੱਚ ਮਾਣ ਸੀ ਨਾ ਵੱਡੇ ਵੱਡੇ ਫੈਕਟਰੀਆਂ ਦੇ ਮਾਲਕ ਸੀਗੇ ਉੱਤੇ ਹੋ ਰੈਸਟੋਰੈਂਟਾਂ ਦੇ ਇੱਕ ਨਿਮਖ ਦੀ ਰੇੜ ਸੀ ਉਸ ਅਕਾਲ ਪੁਰਖ ਦੀ ਰਜਾ ਦਾ ਪਤਾ ਨਹੀਂ ਹੁੰਦਾ ਕਿਹੜੇ ਵਲੇ ਪਾਸ਼ਾ ਨੇ ਇੱਕ ਨਿਮਖੇ ਵਿੱਚ ਢਾਈ ਢੇਰੀ ਕਰਕੇ ਰੱਖ ਦਿੱਤਾ ਸਾਰਿਆਂ ਦਾ غرੂਰ ਕਿੱਥੇ ਬਣ ਗਿਆ ਮਿੱਟੀ ਮਿੱਟੀ ਚ ਪੈਦਾ ਹੋ ਮਿੱਟੀ ਬਣ ਜਾਣਾ ਤੇ ਜੇ ਪਾਸ਼ਾ ਨੇ ਚਾਇਆ ਜੇ ਮਹਾਰਾਜ ਨੇ ਉਦੋਂ ਰਾਜ ਵਖਿਆ ਸੀ ਤੇ ਇੱਥੇ ਵੀ ਸੱਚੇ ਪਾਸ਼ਾ ਮਹਾਰਾਜ ਬੰਦੀ ਸਿੰਘਾਂ ਨੂੰ ਜ਼ਰੂਰ ਰਿਹਾ ਕਰਾਉਣਗੇ ਤੇ ਇੱਥੇ ਕੁਸਵੇਂ ਪਹਿਲਾਂ ਵੀ ਆਪਣੇ ਆਪਣੇ ਬੰਦੇ ਸਿੰਘਾਂ ਜਿਹੜੇ ਗ੍ਰਿਫਤਾਰੀ ਹੁੰ ਜਾਂਦੀ ਆ ਜਿੱਥੇ ਜਿੱਥੇ ਬੰਦੀ ਗ੍ਰਿਫਤਾਰੀ ਹੁੰਨਗੇ ਉਸੇ ਵਿੱਚ ਉਹਨਾਂ ਦੀ ਡਾਂਗਾ ਵਰਤੀਆਂ ਤੇ ਪੱਗਾ ਵੀ ਲੱਥੀਆਂ ਦੇਖੋ ਜੀ ਮੈਂ ਪਹਿਲਾਂ ਵੀ ਦੱਸ ਕਿਹਾ ਸੀ ਹੱਡੀਆਂ ਵੀ ਜੇ ਜਿਹੜਾ ਜੇ ਸਬੰਧ ਨੇ ਕਤਲ ਕਰਤਾ ਉਹ ਬੰਦੇ ਤੋਂ ਆਪਾਂ ਕਹੀ ਜਾਵਾਂਗੇ ਵੀ ਤੇਰੇ ਕੋਲ ਇਨਸਾਫ ਚਾਹੀਦਾ ਉਹ ਦੇ ਦੂਗਾ ਇਨਸਾਫ ਜਿਹੜਾ ਹੈ ਹੀ ਖੁਦ ਕਾਤਲ ਉਹ ਕਿੱਥੋਂ ਇਨਸਾਫ ਦੇ ਦੂਗਾ ਹੁਣ ਜਿਹੜੇ ਖੁਦ ਇਹ ਸਾਰੇ ਕੰਮ ਕਰਵਾਉਂਦੇ ਉਥੋਂ ਕਿੱਦਾਂ ਆਪਾਂ ਇਨਸਾਫ ਲੱਭਾਂਗੇ ਵੀ ਹਾਂ ਸਾਨੂੰ ਇਨਸਾਫ ਚਾਹੀਦਾ ਹੈ ਕਿਹਨੂੰ ਕਹਿ ਰਹੇ ਹੋ ਕਿਸ ਇਸ਼ਾਰਾ ਤੁਹਾਡੇ ਕਿਦੀ ਬਾਰੇ ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਦੇਖ ਲਓ ਸੁਪੋਜ਼ ਸਾਰੇ ਕਾਤਲ ਹੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਦੇਸ਼ ਦੀ ਸੁਪਰੀਮ ਕੋਰਟ ਨੇ ਜਿੰਦਾ ਗੁਰੂ ਦਾ ਦਰਜਾ ਦਿੱਤਾ ਆ ਤੇ ਜਿਨ੍ਹਾਂ ਨੇ ਮਹਾਰਾਜੀਆਂ ਬੇਦਵੇਂ ਕਿਤੇ ਕਾਤਲ ਤਾਂ ਉਹ ਵੀ ਆ ਉਹ ਵੀ ਕਤਲ ਹੀ ਆ ਉਹਨਾਂ ਤੇ ਵੀ 302 ਲੱਗਣੀ ਚਾਹੀਦੀ ਸੀ 307 ਲੱਗਣੀ ਚਾਹੀਦੀ ਸੀ 452 ਲੱਗਣੀ ਚਾਹੀਦੀ ਸੀ ਜਦੋਂ ਕਿਸੇ ਨੇ ਗੁਰਦੁਆਰੇ ਵਿੱਚ ਆ ਕੇ ਬੇਅਦਬੀ ਕੀਤੀ ਆ ਜਦੋਂ ਕੋਈ ਕਿਸੇ ਦੇ ਘਰ ਵਿੱਚ ਵੜ ਕੇ ਹਮਲਾ ਕਰਦਾ ਉਥੇ 452 ਲੱਗਦੀ ਆ ਆਮ ਬੰਦੇ ਤੇ ਤੇ ਜੇ ਗੁਰਦੁਆਰੇ ਵਿੱਚ ਵੜ ਕੇ ਜਨੇ ਬੇਅਦਬੀ ਕੀਤੀ ਉਥੇ 452 ਲੱਗੇ ਤੇ ਜੇ ਸਾਡੀਆਂ ਧਾਰਮਿਕ ਭਾਵਨਾਵਾਂ ਮ 295 ਲੱਗੇ ਤੇ ਜੇ ਸੱਟਾਂ ਲੱਗਦੀਆਂ ਜਦੋਂ ਕਿਸੇ ਤੇ ਉਥੇ 307 ਲੱਗਦੀ ਆ ਮਹਾਰਾਜ ਦੇ ਅੰਗ ਭੜੇ 307 ਲੱਗੇ ਜੇ ਕੋਈ ਕਤਲ ਹੀ ਹੋ ਜਾਂਦਾ ਜਦੋਂ ਮਹਾਰਾਜ ਦੇ ਸਰੂਪ ਅਗਨ ਭੇਟ ਕਰ ਤੇ ਖਤਮ ਹੋ ਗਏ ਜੇ ਨਾਂ ਮਿਲ ਕੇ ਸਾਜ਼ਿਸ਼ਾਂ ਕੀਤੀਆਂ ਉਹਨਾਂ ਤੇ 120 ਵੀ ਬਣਦੀ ਕਿ ਨਹੀਂ ਬਣਦੀ ਫੇ 148 159 ਤੇ ਹਿਲਾਉਂਦੀ ਹਰੇ ਕਿਤੇ ਫੇ ਲੋਨ ਆ ਨਾ ਕਟਣ ਬਰ ਚ ਹੋ ਜੋ ਮਜਾਲ ਆ ਕਿਸੇ ਦੀ ਜ਼ਮਾਨਤ ਤੇ ਫੇ ਸਾਰੇ ਕਾਤਲ ਐ ਸਾਡੀ ਵੀ ਆਦਮੀਆਂ ਗੁਰੂਗ੍ਰੰਥ ਸਾਹਿਬ ਦੀ ਕਰੋਣ ਵਾਲੇ ਉਹ ਵੀ ਕਾਤਲ ਐ ਜੀ ਜੀ ਬਾਦਲ ਵਰਗਾ ਨੂੰ ਇੱਥੇ ਆਉਣ ਦਾ ਮੌਕਾ ਮਿਲੇ ਜੇ ਉਹ ਇੱਥੇ ਆਉਣ ਗਿਆ ਤਾਂ ਉਹਨਾਂ ਦਾ ਮਤਲਬ ਕੀ ਨਾ ਬੋਲੋ ਕਿ ਉਹ ਆਉਣ ਦਾ ਮੌਕਾ ਦਿੱਤਾ ਹੋਊਗਾ ਇਹਨਾਂ ਨੂੰ ਇਹ ਤਾਂ ਜੀ ਉਹੀ ਦੱਸ ਸਕਦੇ ਆ ਕਿਉਂਕਿ ਅਸੀਂ ਸਿੱਖ ਕੌਮ ਦਾ ਪ੍ਰਚਾਰ ਕਰਦੇ ਆਂ ਏਕਤਾ ਦੀ ਆਪਾਂ ਅਪੀਲ ਕਰਦੇ ਆ ਵੀ ਸਾਰੇ ਮਿਲ ਕੇ ਚੱਲੋ ਹੋ ਸਕਦਾ ਵੀ ਇੱਕ ਟਾਈਮ ਭਾਈ ਬੀਰੀ ਚੰਦ ਦੇ ਸੀ ਚੋਰੀਆਂ ਕਰਦੇ ਸੀ ਤੇ ਇੱਕ ਟਾਈਮ ਛੇਵੇਂ ਬਾਦਸ਼ਾਹ ਮਹਾਰਾਜ ਨੇ ਕਿਹਾ ਬੀਰੀ ਚੰਦ ਸ਼ੀਨਾ ਗੁਰੂ ਕਾ ਸੀਨਾ ਕੀ ਪਤਾ ਬਾਦਸ਼ਾਹ ਕਿਹ ਤੋਂ ਕਿਹੜੀ ਸੇਵਾ ਲੈ ਲੈਣ ਬਾਕੀ ਇਹਨਾਂ ਤੇ ਡਿਪੈਂਡ ਆ ਜਿਹਨਾਂ ਨੇ ਜਦ ਮੋਰਚਾ ਜਿਹੜੇ ਵੱਡੇ ਸਿਆਣੇ ਆ ਸਾਡੇ ਤੋਂ ਨਾਲੇ ਸਾਡੇ ਤੋਂ ਕਿੰਨੀਆਂ ਵੱਡੀਆਂ ਉਮਰਾਂ ਦੇ ਆ ਨਾ ਉਹੀ ਇਸ ਚੀਜ਼ ਦੀ ਦੱਸ ਸਕਦੇ ਅਸਲ ਗੱਲ ਕਿ ਆਪਣੇ ਨਾਲ ਬਾਬਾ ਜੀ ਮਸ਼ਹੂਰ ਹੋਏ ਪਿੱਛੇ ਜਿਹੜੇ ਨਿੱਕੂ ਬਾਬਾ ਜੀ ਮਸ਼ਹੂਰ ਹੋਏ ਨੇ ਉਹ ਕਹਿੰਦਾ ਰਿੰਦੂ ਰਾਸ਼ਟਰ ਬਣਾ ਬਣਾਵਾਂਗੇ ਤੁਸੀਂ ਸਾਡਾ ਸਾਥ ਦਿਓ ਸਹੀ ਗੱਲ ਆ ਅਸੀਂ ਤਾਂ ਉਹਦਾ ਵੈਸੇ ਹਰੇਕ ਸਟੇਜ ਤੇ ਇਹ ਗੱਲ ਕਰੀਦੀ ਆ ਵੀ ਜਿਹੜਾ ਬਗੇਸ਼ਵਰ ਧਾਵਨ ਦੇ ਵਿੱਚ ਨਿੱਕੂ ਬਾਬਾ ਬੈਠਾ ਆ ਬਾਲਾ ਫੇਮਸ ਹੋ ਗਿਆ ਤੇ ਉਹ ਜੋਰ-ਜੋਰ ਦੀ ਕਹਿੰਦਾ ਐ ਕਿ ਛਤਰੀ ਵਰਗੀ ਉਹਨੇ ਟੋਪੀ ਲਈ ਹੁੰਦੀ ਅੱਧਾ ਕਿਲੋ ਨੇ ਮੇਕਅਪ ਲਾਇਆ ਜਦੋਂ ਜਦੋਂ ਉਹਦੀਆਂ ਬੀਬੀਆਂ ਆ ਕੇ ਕਹਿੰਦੀਆਂ ਵੀ ਬਾਬਾ ਜੀ ਤੁਸੀਂ ਸੋਹਣੇ ਬੋ ਲੱਗਦੇ ਹੋ ਉਹ ਵੀ ਪੂਰੇ ਐਮ ਕੀ ਕਹਿ ਰਹੇ ਹੋ ਬਾਬਾ ਜੀ ਰਾਤੀ ਨੀਂਦ ਨਹੀਂ ਆਈ ਐ ਮਸ਼ਕਰੀਆਂ ਕਰਦੇ ਆ ਦੇਖਦੇ ਆ ਕਿ ਵੀ ਇਹਨਾਂ ਲੋਕਾਂ ਨੇ ਅਸੀਂ ਮੂਰਖ ਬਣਾਉਂਦੇ ਤੇ ਬਣੀ ਜਾਂਦੇ ਆ ਜਦੋਂ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਉੱਤੇ ਦੇਖੋ ਪਰਚਾ ਕੋਈ ਨਹੀਂ ਕੱਟਿਆ ਕਿਸ ਨੇ ਪਰਚਾ ਤੇ ਜੇ ਅਸੀਂ ਖਾਲਸਾ ਰਾਜ ਦੀ ਗੱਲ ਕਰੀਏ ਤੇ ਜੇ ਅਸੀਂ ਕਿਤਾਬਾਂ ਹੀ ਰੱਖ ਲਈਏ ਅਸੀਂ ਨਾਰਾ ਹੀ ਲਾ ਦਈਏ ਸਾਡੇ ਤਾਂ ਪਰਚੇ ਕੱਟ ਦਿੰਦੇ ਤੇ ਵੇ ਇਹਨਾਂ ਨੂੰ ਫਿਰ ਇੰਡਾਇਰੈਕਟਲੀ ਵੇ ਦੇ ਨਾਲ ਸ਼ੋਅ ਹੁੰਦਾ ਹੀ ਆ ਵੀ ਇਹਨਾਂ ਨੂੰ ਕਿਹਦੀ ਸਪੋਰਟ ਆ ਸਰਕਾਰ ਦੀ ਹੋਊਗੀ ਤੇ ਤਾਈਆਂ ਬੋਲਦੇ ਆ ਇਹ ਤੇ ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਫਿਰ ਉਸ ਵੇਲੇ ਬਣਾ ਲੈਂਦੇ ਫਸਤਾਸੀ ਪਰਸੈਂਟ ਕੁਰਬਾਨੀਆਂ ਸੀ ਕਿ ਉਹ ਦੇਣੀਆਂ ਸੀਗੀਆਂ ਬਣਾ ਲੈਂਦੇ ਕਰ ਲੈਂਦੇ ਲੈ ਲੈਂਦੇ ਗੋਰਿਆਂ ਨਾਲ ਟੱਕਰ ਕੀ ਲੋਡ ਪਈ ਸੀ ਬਾਸ਼ਾ ਨੂੰ ਮਹਾਰਾਜ ਨੂੰ ਜੇ ਇਸ ਵੇਲੇ ਦੀਆਂ ਇਹ ਗੱਲਾਂ ਕਰਦੇ ਆ 7-800 ਸਾਲ ਇਹ ਰਹੇ ਆ ਮੁਗਲਾਂ ਦੇ ਗੁਲਾਮ ਪਰ ਸਾਡਾ ਕਈ ਹਿੰਦੂ ਆ ਜਿਹੜੇ ਭੜਕਾਉ ਪ੍ਰਚਾਰ ਕਰਦੇ ਆ ਪਰ ਜਿਨ੍ਹਾਂ ਹਿੰਦੂਆਂ ਦਾ ਧਰਮ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਬਲੀਦਾਨ ਦੇ ਕੇ ਬਚਾਇਆ ਹੋਵੇ ਤੇ ਫਿਰ ਉਹ ਤਾਂ ਸਾਡੇ ਭਾਈ ਹੋਏ ਹਨ ਹੈਨਾ ਸਾਡੇ ਹਿੰਦੂ ਭਰਾ ਆ ਗੁਰੂ ਨਾਨਕ ਦੇਵ ਮਹਾਰਾਜੀ ਜਦੋਂ ਚੱਲੇ ਸੀ ਭਾਈ ਬਾਲਾ ਜੀ Hindu ਸੀ ਭਾਈ ਮਰਦਾਨਾ ਜੀ ਮੁਸਲਮਾਨ ਸੀ ਗੁਰੂ ਨਾਨਕ ਦੇਵ ਮਹਾਰਾਜ ਗੱਬੇ ਸੀ ਇਕੱਠੇ ਚੱਲੇ ਸੀ ਤੇ ਇਕੱਠੇ ਹੀ ਰਹਿਣਗੇ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਇੱਕ ਹਸੀ ਤੇ ਇੱਕਾ ਰਹੂਗਾ ਜੀ ਜੀ ਤੇ ਹੁਣ ਆਪਣੇ ਰਾਜਾ ਬਾਬਾ ਰਾਜਾ ਰਾਏ ਦੇ ਪਿੱਛੇ ਵੀ ਆਪਣਾ ਦੇ ਪਰਿਵਾਰ ਨੂੰ ਫੜਾਇਆ ਗਿਆ ਮਤਲਬ ਕਿ ਉਹਨਾਂ ਨਾਲ ਸਰਕਾਰ ਚੱਕ ਕੇ ਲੇਗੀ ਉਹਨਾਂ ਦੇ ਭਾਈ ਨੂੰ ਫਿਰ ਬਾਅਦ 'ਚ ਛੱਡ ਦਿੱਤਾ ਜਾਂਦਾ ਦੇਖੋ ਜੇ ਤੁਹਾਨੂੰ ਦੱਸਿਆ ਤਾਂ ਸਾਡੇ ਸੰਘਾ ਜੰਦਰਗਾ ਤੇ ਜੇ ਪ੍ਰਧਾਨ ਮੰਤਰੀ ਦਾ ਕਾਤਲ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਵਾਲੇ ਬਾਹਰ ਆ ਸਕਦੇ ਆ ਤੇ ਸੀਐਮ ਨੂੰ ਕਤਲ ਕਰਨ ਵਾਲੇ ਕਿਉਂ ਨਹੀਂ ਆ ਸਕਦੇ ਆ ਸਕਦੇ ਹਨ ਤੇ ਬਿਲਕੁਲ ਰਾਈਟ ਗੱਲ ਹੈ ਤੇ ਜੇ ਮੰਨ ਲਓ ਜੇ ਇਸ ਬੰਦੇ ਦੇ ਸਿਰ ਤੇ ਜੇ ਇਸ ਬੰਦੇ ਦੇ ਸਿਰ ਤੇ ਸਭ ਤੋਂ ਭ੍ਰਿਸ਼ਟ ਜਿਹਨੂੰ ਅਪਰਾਧ ਕਹਿੰਦੇ ਸਭ ਤੋਂ ਕਾਨੂੰਨਾ ਅਪਰਾਧ ਕਹਿੰਦੇ ਆ ਉਹ ਜਿਸਕੇ ਬਲਾਤ ਕਰਨ ਨੂੰ ਕਹਿੰਦੇ ਆ ਤੇ ਛੇਵੇਂ ਬਾਦਸ਼ਾਹ ਤੋਂ ਲੈ ਕੇ ਜਦੋਂ ਤੱਕ ਖਾਲਸਾ ਰਾਜ ਰਿਹਾ ਆ ਉਦੋਂ ਤੱਕ ਕਿਸੇ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਸਿਵਾਏ ਇੱਕ ਬਲਾਤਕਾਰੀ ਤੋਂ ਕਦੇ ਕਿਸੇ ਬੰਦੇ ਨੂੰ ਮੌਤ ਨਹੀਂ ਸਜ਼ਾ ਨਹੀਂ ਦਿੱਤੀ ਜਾਂਦੀ ਇਤਿਹਾਸ ਮੇਰੇ ਕਹਿੰਦਾ ਅੱਜ ਕੱਲ ਦੇ ਨੌਜਵਾਨ ਜਿੰਨੇ ਵੀ ਬੱਚੇ ਆ ਪੀੜੀਆਂ ਆ ਜਿਹੜੇ ਕੰਨਾਂ ਵਿੱਚ ਮੁੰਦਰਾ ਪਾਉਣ ਵਾਲੇ ਨਸ਼ੇ ਦੇ ਟੀਕੇ ਲਾਉਣ ਵਾਲੇ ਨੂੰ ਆਪਣੇ ਉਸਤਾਦ ਦੱਸਦੀਆਂ ਆ ਨਾ ਉਹਨਾਂ ਨੂੰ ਸਿੱਖ ਕੌਮ ਦੇ ਯੋਧਿਆਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਆ ਕਿ ਨਾ ਯੋਧਿਆਂ ਨੇ ਕਿੱਥੇ ਤਾਂ ਹੀ ਮੱਲਾ ਮਾਰੀਆਂ 40 ਸਾਲਾਂ ਦੀ ਉਮਰ ਦੇ ਵਿੱਚ ਹਰੀ ਸਿੰਘ ਨਲੂਏ ਨੇ 800 ਤੇ 36 ਸਾਲਾਂ ਬਾਅਦ ਜਾ ਕੇ ਕਾਬਲ ਖੰਧਾਰ ਦੇ ਵਿੱਚ ਪਠਾਣਾਂ ਦੇ ਪਠਾਣੀ ਸਲਵਾਰਾ ਪਾ ਕੇ ਖਾਲਸਾ ਦਾ ਨਿਸ਼ਾਨ ਸਾਹਿਬ ਚਲਾਤਾ ਸੀ ਇਹ ਉਸ ਯੋਧੇ ਦਾ ਨਾਮ ਆਸਟ੍ਰੇਲੀਆ ਦੇ ਮੈਗਜ਼ੀਨ ਦੇ ਵਿੱਚ ਜਦੋਂ ਪੂਰੀ ਦੁਨੀਆ ਦੇ ਬਹਾਦਰਾਂ ਦੀ ਪਰਚੋਲ ਹੋਈ ਹੈ ਨਾ ਕਿ ਪੂਰੀ ਦੁਨੀਆ ਦੇ ਵਿੱਚ ਧਰਮ ਦੀ ਗੱਲ ਨਹੀਂ ਸੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਭ ਤੋਂ ਬਹਾਦਰ ਯੋਧਾ ਕਿਹੜਾ ਹੋਇਆ ਵੀ ਜਿਹਨੂੰ ਪਹਿਲਾ ਨੰਬਰ ਦਿੱਤਾ ਜਾਵੇ 10 ਉਹਨਾਂ ਯੋਧਿਆਂ ਦੀ ਸੂਚੀ ਤਿਆਰ ਹੋਈ ਉਹਨਾਂ 10 ਯੋਧਿਆਂ ਦੇ ਵਿੱਚੋਂ ਜਿਹਦਾ ਸਭ ਤੋਂ ਪਹਿਲੇ ਨੰਬਰ ਤੇ ਨਾਮ ਸੀ ਉਹ ਹਰੀ ਸਿੰਘ ਨਲੂਏ ਦਾ ਨਾਮ ਸੀ ਮੋਰਚਾ ਕਿ ਤੱਕ ਫਤ ਹੈਗਾ ਕਿਹੜਾ ਜੀ ਇਹ ਵਾਲਾ ਦੇਖੋ ਜੀ ਇੱਜ਼ਤ ਉਹ ਰਹਿਣਾ ਸਾਡੇ ਇੱਕ ਹੱਥ ਵਿੱਚ ਬਾਣੀ ਦਾ ਪੈਰਾ ਦੂਜੇ ਹੱਥ ਵਿੱਚ ਸ਼ਸਤਰਾਂ ਦਾ ਪੈਰਾ ਮਹਾਰਾਜ ਕਹਿੰਦੇ ਅਸ ਕਿਰਪਾਨ ਖੰਡੋ ਖੜਗ ਤਪਕ ਤਬਰ ਅਰ ਤੀਰ ਸੈਫ ਅਸਰੋਈ ਸਹਿਤ ਹੀ ਜਹੇ ਹਮਾਰੇ ਪੀਰ ਪਾਤਸ਼ਾਹ ਕਹਿੰਦੇ ਵੀ ਜਦੋਂ ਤੁਹਾਡੇ ਹੱਥਾਂ ਦੇ ਵਿੱਚ ਇਹ ਪੀਰ ਰਹਿਣਗੇ ਇਹਨਾਂ ਦਾ ਆਸ਼ੀਰਵਾਦ ਨਾਲ ਸਾਡੀ ਬਾਣੀ ਦਾ ਪੈਰਾ ਰਹੂਗਾ ਫਿਰ ਦੁਨੀਆ ਦਾ ਇਦਾਂ ਦਾ ਅੱਜ ਤਾਈਂ ਦਾ ਕੋਈ ਨਹੀਂ ਮੈਂ ਇਤਿਹਾਸ ਪੜਿਆ ਜਿੱਥੇ ਖਾਲਸਾ ਫਤਿਹ ਨਾ ਪਾ ਸਕਿਆ ਹੋਵੇ ਮੰਜਾਲ ਤਾਂ ਹੈ ਨਹੀਂ ਤੇ ਇੱਥੇ ਜੇ ਖਾਲਸਾ ਬੈਠਾ ਹੈ ਤੇ ਦੋਨਾਂ ਚੀਜ਼ਾਂ ਦਾ ਪੈਰਾ ਰਿਆ ਤਾਂ ਖਾਲਸਾ ਇਹ ਮੋਰਚਾ ਵੀ ਫਤਿਹ ਕਰਕੇ ਜਾਊਗਾ ਜੀ दसरे वीर जी ਸਾਡੇ ਜਿਹੜੇ ਜਥੇ ਦੇ ਪੇਜ ਆ ਨਾ Facebook ਦੇ ਉਹ ਵੀ ਇਹਨਾਂ ਨੇ ਬੰਦ ਕਰ ਦਿੰਦੇ ਆ ਪਹਿਲਾ ਦੋ ਸਾਡੇ ਜਥੇ ਦੇ ਢਾਡੀ ਬਿਆਨਤ ਕੋਰ ਖਾਲਸਾ ਐਮ ਜਲੰਧਰ ਵਾਲਿਆਂ ਦੇ ਜਿਹੜੇ ਦੋ ਪੇਜ ਸੀ Facebook ਤੇ ਬੰਦ ਕਰਤੇ ਤਿੰਨ ਆਈਡੀ ਇਹਨਾਂ ਨੇ ਬੰਦ ਕਰ ਦਿੱਤੀਆਂ ਹੁਣ ਤੀਜਾ ਪੇਜ ਚੱਲਦਾ ਆ ਤੇ ਜੇ ਇਸ ਵਜ੍ਹਾ ਤੋਂ ਬਾਰ-ਬਾਰ ਬੰਦ ਕਰਦੇ ਆ ਉਹ ਆਪਣਾ ਸੱਚ ਦੀ ਬਾਜੀ ਹੁੰਦੀ ਆ ਤੇ ਹੁਣ ਵੀ ਜੇ ਇਸ ਗੱਲ ਨੂੰ ਲੈ ਕੇ ਸਾਨੂੰ ਬਾਰ-ਬਾਰ ਮੈਸੇਜ ਆ ਜਾਂਦਾ ਕਿ ਵੀ ਤੁਸੀਂ ਆਹ ਡਿਲੀਟ ਕਰ ਦਿਓ ਉਹ ਬੋਲ ਤੁਹਾਨੂੰ ਭੈਣ ਜੀ ਸੁਣਾਉਣਗੇ ਜਿਹੜੇ ਕੌਮ ਦੇ ਅੱਖ ਦੇ ਤਾਰੇ ਸੂਰਮੇ ਮਰਦ ਦਲੇਰਾਂ ਨੂੰ ਕੌਮ ਦੇ ਅੱਖ ਦੇ ਤਾਰੇ ਸੂਰਮੇ ਮਰਦ ਦਲੇਰਾਂ ਨੂੰ ਕਾਲ ਕੋਠੜੀਆਂ ਦੇ ਵਿੱਚ ਡਕਿਆ ਬੱਬਰ ਸ਼ੇਰਾਂ ਨੂੰ ਸਜ਼ਾ ਪੂਰੀਆਂ ਕਰਕੇ ਬੈਠੇ ਸਜ਼ਾ ਪੂਰੀਆਂ ਕਰਕੇ ਬੈਠੇ ਸਾਡੇ ਵੀ ਸੋਸ਼ਲ ਮੀਡੀਆ ਤੇ ਕਾਫੀ ਮੈਂ ਸੁਣਿਆ ਤੁਸੀਂ ਵੀ ਬੜੇ ਗਰਜ ਦੀ ਆਵਾਜ਼ ਵਿੱਚ ਗਾਉਂਦੇ ਹੋ ਤੇ ਮੈਂ ਵੀ ਹੁਣ ਚਾਹਾਂਗਾ ਕਿ ਤੁਸੀਂ ਵੀ ਸਾਨੂੰ ਲਾਈਵ ਇਥੇ ਸੁਣਾ ਕੇ ਹਾਂ ਜੀ ਉਹ ਬੋਲ ਤੁਹਾਨੂੰ ਸੁਣਾਉਣੇ ਆ ਜੀ ਵੀ ਜੈਡ ਸੁਰੱਖਿਆ ਮਿਲਦੀ ਕਿਉ ਬਲਾਤਕਾਰੀਆਂ ਨੂੰ ਇੱਕ ਦਿਨੇ ਉਜੜਿਆ ਹੋਣਾ ਬਾਗ ਬਾਦ ਖਾਲਸੇ ਦਾ ਇੱਕ ਦਿਨੇ ਉਜੜਿਆ ਹੋਣਾ ਬਾਗ ਬਾਦ ਖਾਲਸੇ ਦਾ ਵੇਖਿਓ ਲੋਕੋ ਆਕੇ ਰਹਿਣਾ ਰਾਜਖਾਲਸੇ ਦਾ ਵੇਖਿਓ ਲੋਕੋ ਆਕੇ ਰਹਿਣਾ ਰਾਜਖਾਲਸੇ ਦਾ ਮੈਂ ਤਾਂ ਪੁੱਛਣਾ ਚਾਹੁੰਦਾ ਹਾਂ ਹਾਕਮ ਸਰਕਾਰੀਆਂ ਨੂੰ ਮੈਂ ਤਾਂ ਪੁੱਛਣਾ ਚਾਹੁੰਦਾ ਹਾਂ ਹਾਕਮ ਸਰਕਾਰੀਆਂ ਨੂੰ ਜੈਡ ਸੁਰੱਖਿਆ ਮਿਲਦੀ ਕਿਉਂ ਬਲਾਤਕਾਰੀਆਂ ਨੂੰ ਜੈਡ ਸੁਰੱਖਿਆ ਮਿਲਦੀ ਕਿਉਂ ਬਲਾਤਕਾਰੀਆਂ ਨੂੰ ਸੱਚੀ ਰੂ ਕਿਰਦਾਰ ਸਦਾ ਬੇਦਾਗ ਖਾਲਸੇ ਦਾ ਸੱਚੀ ਰੂ ਕਿਰਦਾਰ ਸਦਾ ਬੇਦਾਗ ਖਾਲਸੇ ਦਾ ਵੇਖਿਓ ਲੋਕੋ ਆਕੇ ਹੈ ਨਰਾਜ ਖਾਲਸੇ ਦਾ ਵੇਖਿਓ ਲੋਕੋ ਆਕੇ ਰਹਿ ਨਰਾਜ ਖਾਲਸੇ ਦਾ ਅਸੀਂ ਬਾਜਾਵਲ ਦੇ ਸ਼ੇਰ ਪੁੱਤਾ ਲੰਡੀ ਪੁੱਚੀ ਤੋਂ ਕਦੇ ਡਰਦੇ ਨਹੀਂ ਸਾਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਦਾ ਅਸੀਂ ਪਾਣੀ ਕਿਸੇ ਦਾ ਭਰਦੇ ਨਹੀਂ ਸਾਡੀਆਂ ਰਗਾਂ ਵਿੱਚ ਲਹੂ ਦੀ ਜਗ੍ਹਾ ਤੇ ਪਾਇਆ ਲੋਹਾ ਓਏ ਐਸੇ ਕਰਕੇ ਤਾਂ ਅਸੀਂ ਮਰਦੇ ਨਹੀਂ ਲੱਕਾ ਵਾਰ ਕਰ ਲੈ ਸਾਡੀ ਹੈ ਕੁੱਤੇ ਥੋਤੇ ਵਾਰਸੀ ਜਾਂਦੇ ਨਹੀਂ ਨਿਰਾ ਕਹਿਣ ਨਹੀਂ ਭਲੇਖਾ ਕੱਢ ਦਿਓ ਵੀ ਖਾਲਸਾ ਇਕੱਲਾ ਕਹਿੰਦਾ ਹੀ ਆ ਅੱਜ ਜਿਹੜੇ ਸੋਸ਼ਲ ਮੀਡੀਆ ਤੇ ਫੇਸਬੁੱਕੀ ਵਿਦਵਾਨ ਬੈਠ ਕੇ ਕਹਿੰਦੇ ਆ ਨਾ ਵੀ ਬਾਬਾ ਦੀਪ ਸਿੰਘ ਬਿਨਾਂ ਅਸੀਸ ਤੋਂ ਜੰਗ ਲੜ ਗਏ ਉਹ ਜਿਹੜੇ ਵੀਰ ਜੀ ਬੰਦੇ ਚਾਰ-ਚੜ ਦੇ ਨੇ ਠੰਡਾ ਪਾਣੀ ਸੋਚ ਕੇ ਨਹਾਉਂਦੇ ਨਹੀਂ ਉਹਨਾਂ ਵਾਸਤੇ ਗੱਲ ਮੰਨਣੀ ਔਖੀ ਆ ਜਿਹੜਾ ਬੰਦਾ ਚਾਰ ਕੁੱਤੇ ਦੇਖ ਕੇ ਆਪਣਾ ਕੁੰਡਾ ਬੰਦ ਕਰ ਲੇ ਉਹਦੇ ਵਾਸਤੇ ਗੱਲਾਂ ਮੰਨਣੀਆਂ ਔਖੀਆਂ ਵੀ ਇਹ ਪੋਸੀਬਲ ਹੋ ਸਕਦਾ ਹੁਣ ਜਿਹੜਾ ਬੰਦਾ ਰਾਸਤੇ ਵਿੱਚ ਬਿੱਲੀ ਆਉਂਦੀ ਦੇਖ ਕੇ ਗੱਡੀ ਸਾਈਡ ਤੇ ਲਾ ਲੇ ਉਹ ਕਿੱਥੋਂ ਮੰਨੂ ਵੀ ਇਹ ਖਾਲਸੇ ਹੱਥਾਂ ਨਾਲ ਸ਼ੇਰਾਂ ਨੂੰ ਪਾੜਦੇ ਰਹੇ ਆ ਫਿਰ ਨਿਰਾ ਕੈਨ ਨਹੀਂ ਕਰਨ ਵੀ ਜਾਣਦੇ ਹਾਂ ਬੜਾ ਫੋਕੀਆਂ ਖਾਲਸੇ ਮਾਰਦੇ ਨਹੀਂ ਪੁੱਤਰ ਦਸ਼ਮੇਸ਼ ਦੇ वीर हां दीप सिंह ਦੇ ਲਥੇ ਸੀਸ ਤੇ ਵੀ ਤੇਗੋ ਹਰ ਦੇ ਨਹੀਂ ਜੇ ਮੇਰੇ ਤੇ ਦਿਵਾਰ ਨਹੀਂ ਰੰਗੇ ਦੀ ਰੂਦੋ ਬਸ ਸ਼ਹੀਦ ਗਾਂਜ ਦੇ ਖੂਤੋਂ ਪੁੱਛ ਤਲਵੰਡੀ ਦੀ ਜੂਦੋ ਪੁੱਛ ਤੇਗਾਂ ਦੀਆਂ ਧਾਰਾਂ ਤੋਂ ਪੁੱਛ ਮੰਨੂ ਦੀਆਂ ਤਲਵਾਰਾਂ ਤੋਂ ਪੁੱਛ ਇੱਕੋ ਗਵਾਹੀ ਮਿਲੇਗੀ ਇੱਕੋ ਗਾਹੀ ਮਿਲੇਗੀ ਸਿੰਘਾਂ ਨੂੰ ਜਖੌਣ ਵਾਲਾ ਸਿੰਘਾਂ ਨੂੰ ਬਕਾਉਣ ਵਾਲਾ ਕਿਆਲ ਇੱਕ ਜੰਨੂਨ ਹੈ ਕੋਈ ਯਾਰਮ ਕੋਈ ਸਦਮ ਸਿੰਘਾਂ ਨੂੰ ਝਕਾ ਨਹੀਂ ਸਕਦਾ ਸਿੰਘਾਂ ਨੂੰ ਮਕਾ ਨਹੀਂ ਸਕਦਾ ਕਿਉਂ ਕਿ ਅਜੇ ਸਾਡੀਆਂ ਰਗਾਂ ਵਿੱਚ ਕਲਗੀ ਧਰਦਾ ਖੂਨ ਬਾਕੀ ਹੈ ਜਗਾਰੇ ਗਏ ਨੇ ਆਲੋ ਜਾਵੇ ਫਤਿਹ ਪਾਵੇ ਸ਼ੀਰ ਸਿੰਘਾਂ ਦੇ ਮਨ ਨੂੰ ਪਾਵੇ ਬismillah ਕਰੋ